ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੌਪ ਸਿੰਘ, ਤੁਹਾਡਾ ਆਪਣਾ ਹੋਸਟ, ਅਤੇ ਤੁਸੀਂ ਦੇਖ ਰਹੇ ਹੋ ਮਰਜਾਣਾ ਟੀਵੀ। ਦੋਸਤੋ, ਟਿਕਟੋਕ ਦੇ ਜ਼ਰੀਏ ਫੇਮਸ ਹੋਇਆ ਮੁੱਖ ਮੰਤਰੀ ਅਜਿਆਸਤਾ ਰਾਏ, ਜਿਸ ਨੇ ਪੰਜਾਬੀ ਇੰਡਸਟਰੀ ਵਿੱਚ ਧਮਾਲਾਂ ਪਾਈਆਂ ਹੋਈਆਂ ਨੇ। ਆਏ ਦਿਨ ਕੋਈ ਨਾ ਕੋਈ ਵੀਡੀਓ ਮੁੱਖ ਮੰਤਰੀ ਦੀ ਵਾਇਰਲ ਹੁੰਦੀ ਰਹਿੰਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਦੇ ਪਹਿਲਾਂ ਦੋ ਗੀਤ ਆਏ, ਧਮਕ ਬੇਸ ਅਤੇ ਡੈਵਿਲ, ਜਿਸ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਇੱਕ ਧਾਰਮਿਕ ਸ਼ਬਦ ਆਇਆ, ਖਾਲਸੇ ਦੀ ਕਾਰ, ਜਿਸ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਨੇ। ਅਤੇ ਹਰ ਉਹ ਇਨਸਾਨ ਜੋ ਕਿਸੇ ਧਾਰਮਿਕ ਸਥਾਨ 'ਤੇ ਜਾਂਦਾ ਪਿਆ ਹੈ, ਉਹ ਮੁੱਖ ਮੰਤਰੀ ਦਾ ਗਾਣਾ ਆਪਣੀ ਗੱਡੀ ਜਾਂ ਆਪਣੇ ਟਰੈਕਟਰ 'ਤੇ ਜ਼ਰੂਰ ਵਜਾਉਂਦਾ ਪਿਆ ਹੈ। ਅਤੇ ਦੋਸਤੋ, ਹੁਣ ਮੁੱਖ ਮੰਤਰੀ ਨੇ ਆਪਣੇ ਇੰਸਟਾ 'ਤੇ ਇੱਕ ਸਟੋਰੀ ਪਾਈ ਹੈ, ਜਿਸ ਵਿੱਚ ਉਹ ਬਾਬੇ ਨਾਨਕ ਦਾ ਨਾਮ ਲੈ ਕੇ ਇੱਕ ਸ਼ਬਦ ਸੁਣਾਉਂਦਾ ਪਿਆ ਹੈ। ਅਤੇ ਦੋਸਤੋ, ਇਹ ਸ਼ਬਦ ਬਹੁਤ ਹੀ ਪਿਆਰਾ ਲੱਗਦਾ ਪਿਆ ਹੈ, ਆਓ ਤੁਹਾਨੂੰ ਵੀ ਉਸ ਸ਼ਬਦ ਵੱਲ ਇੱਕ ਝਾਤ ਮਰਾਉਂਦੇ ਹਾਂ। ਮੱਝਾਂ ਚਾਰਨ ਗਏ ਕਿ ਬੇਤੇ, ਸਪਨੇ ਮੁਖਤੇ ਛਾਇਆ ਕੀਤੇ, ਵੀਰ ਪਈਏ ਦੇ ਕੇ ਭੇਜਿਆ, ਸ਼੍ਰੀ ਗੁਰੂ ਨਾਨਕ ਰਾ ਸੱਚ ਦਾ ਮਲਿਆ, ਤਰਸ ਭੁੱਖੇ ਸਾਧਾਂ ਤੇ ਆਇਆ, ਲੰਗਰ ਉਹਨਾਂ ਤਾਹੀਂ ਛਕਾਇਆ, ਮੋਦੀ ਖਾਨੇ ਨੌਕਰੀ ਕੀਤੇ, ਕੀਤੇ ਕਰਤਰ ਨਾਲ ਪਰੇਤੇ, ਤੇਰਾ ਤੇਰਾ ਤੋਲੇ ਜਾਵਣ, ਤੇਰਾ ਤੇਰਾ ਬੋਲੇ ਜਾਵਣ, ਕਿਰਤ ਲਾਲੋ ਦੇ ਤਾਹੀਂ ਸਦਾਇਆ, ਪੋਦਰੇ ਦਾ ਨਾ ਭੋਜਨ ਖਾਇਆ, ਪੂੜੀਆਂ ਵਿੱਚੋਂ ਲਉ ਜਦ ਚੋਇਆ, ਮਲਕ ਪਾਗੋ ਸੀ ਬੜਾ ਸ਼ਰਮਿੰਦਾ ਹੋਇਆ, ਸੱਜਣ ਠੱਗ ਨੂੰ ਝਾੜ ਸਿਪਾਹੀ, ਫਿਰ ਉਸ ਨੂੰ ਸੋਚੀ ਆਈ, ਬਲੀ ਕੰਧਾਰੀ ਦਾ ਮਾਣ ਗਵਾਇਆ, ਪਰਬਤ ਪੰਜੇ ਤੇ ਅਟਕਾਇਆ, ਗੁਰੂ ਨਾਨਕ ਜੇ ਵਰਗਾ ਰਹਿ ਪਰ ਕਿਹੜਾ, ਜੋ ਸੱਚ ਝੂਠ ਦਾ ਕਰੇ ਨਬੇੜਾ, ਸੰਗਤ ਛੇਤੀ ਮੁੜ ਗੁਰੂ ਨਾਨਕ ਆਵਣ, ਸਦੇ ਰਾਹ ਦੁਨੀਆਂ ਨੂੰ ਪਾਵਣ। ਹਾਂਜੀ ਦੋਸਤੋ, ਮੁੱਖ ਮੰਤਰੀ ਦੇ ਮੂੰਹੋਂ ਇਹ ਸਭ ਤੁਹਾਨੂੰ ਕਿਵੇਂ ਦਾ ਲੱਗਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।